माँ बाप अपने बच्चों के भविख के लिए उन्होंने विदेश भेजते हैं जिते वह अपने दिल के टुकड़े अपने से दूर भेजते हैं उतें ही अपनी सारी उम्र की कमाई भी उन्होंने ला देंगे ने परंतु उत्थे जाके विद्यार्थियों काफ़ी मुश्किलों का सामना करना पैंदा है। अजिहा एक मामला नाभा तो सामने आया है जिथे पढ़ाई करने लिए कैनेडा गई जसप्रीत का एक्सीडेंट होने की खबर सुन के उसके माता पिता ने झंझोड़ के रख दिता है। जसप्रीत कौर के पिता बलजीत सिंह ने दसा कि मैं अपनी बेटी को पढ़ाई के लिए 25 जुलाई को कैनेडा के ब्रैम्पटन शहर में भेजा से जिथे 9 अगस्त को मेरी बेटी का मिसिसागा शहर के गड्डी के नाल एक्सीडेंट हो गया जिस तो बाद मेरी बेटी टोरंटो के हस्पताल में दाखिल है जो कि उस दिन तो ही कौमा के है। उसके सिर के 2 ऑपरेशन हो चुके हैं। उन्होंने दसा कि डॉक्टर ने उसकी देखभाल के लिए 2 परिवारक मैंबरों को सद्या है। मैं भारत सरकार को अपील करता हाँ कि मैं अपनी फाइल वीजे लिए एम्बेसी में जमा करवा दी है। मैं जल्दी तो जल्दी वीजा दिता जाए ताकि मैं अपनी धी की देखभाल कर सकता। नाम है तुहाडा? मैं भी जी मेरा नाम बलजीत सिंह पिंड मेरा मटोड़ है तहसील नाभा जिला पटियाला। तुहाडी बेटी कदों गई सी की भाणा वापरिया? मेरी बेटी पिछली 25 जुलाई में इतों गई सी जी जिहड़ी उत्थे 28 तरीक नूं पहुँची सी कनेडा दे विच जी ते 9 तरीक नूं जी उहदा सुबह एक्सीडेंट हो गया जी कार नाल जी जिहदा 10 तरीक दा बर्थडे सीगा जी। ਸਾਨੂੰ ਰਾਤ ਨੂੰ 9 ਤਰੀਕ ਨੂੰ ਜੀ ਉੱਥੇ ਸਵੇਰ ਦੀ ਸੰਗਤ ਨੂੰ 8:30 ਵਜੇ ਜੀ ਮੇਰੇ ਸਾਲਾ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਆਪਣੀ ਜਸਪ੍ਰੀਤ ਕੌਰ ਨਾਲ ਇਹ ਭਾਣਾ ਵਰਤ ਗਿਆ ਵੀ ਉਹਦਾ ਰੋਡ ਐਕਸੀਡੈਂਟ ਹੋ ਗਿਆ ਜੀ ਜਿਸ ਕਰਕੇ ਜੀ ਉਹਨੂੰ ਉੱਥੇ ਦੀ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨੂੰ ਉੱਥੇ ਹੋਸਪਿਟਲ ਪਹੁੰਚਾਇਆ ਜਿੱਥੇ ਉਹਦਾ ਸਿਰ ਦਾ ਓਪਰੇਸ਼ਨ ਹੋਇਆ ਜੀ 2 ਓਪਰੇਸ਼ਨ ਹੋਏ ਨੇ ਉਹਦੇ ਸਿਰ ਦੇ। ਬਾਕੀ ਜਿਹੜਾ ਕਾਰ ਵਾਲਾ ਸੀਗਾ ਉਹ ਪੁਲਿਸ ਨੇ ਉੱਥੋਂ ਅਰੈਸਟ ਕਰ ਲਿਆ ਸੀ ਮੌਕੇ 'ਤੇ ਹੀ ਅਤੇ ਉਦੋਂ ਬਾਅਦ 'ਚ ਹੁਣ ਉਹਦਾ ਉੱਥੇ ਮਤਲਬ ਕੋਮਾ ਦੇ ਵਿੱਚ ਪਈ ਹੈ ਜੀ ਬੋਲ ਨਹੀਂ ਚੱਲ ਨਹੀਂ ਸਕਦੀ ਕੁਛ ਨਹੀਂ ਦੱਸ ਸਕਦੀ ਪਰ ਪ੍ਰੋਪਰ ਜਿਹੜੇ ਡਾਕਟਰ ਨੇ ਸਾਡਾ ਬੇਟੀ ਦਾ ਮੇਰੀ ਦਾ ਇਲਾਜ ਕਰ ਰਹੇ ਨੇ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਉਹਨਾਂ ਦੇ ਡਾਕਟਰਾਂ ਦੇ ਬੱਚੇ ਉਹਨਾਂ ਦੇ ਪਰਿਵਾਰ 'ਤੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਮੇਰੀ ਬੇਟੀ ਜਿਹੜੀ ਆ ਜਲਦੀ ਤੋਂ ਜਲਦੀ ਠੀਕ ਹੋ ਜੇ। ਮੈਂ ਸਰਕਾਰ ਕੋਲੋਂ ਵੀ ਮੈਂ ਜਿਹੜੀ ਆਪਣੀ ਫਾਈਲ ਏਵੈਂਸੀ ਦੇ ਵਿੱਚ ਲਾਤੀ ਹੈ ਕਰੋਨਾ ਕਰਕੇ ਮੇਰੀ ਕੋਈ ਫਾਈਲ ਨਹੀਂ ਚੱਕ ਰਿਹਾ ਜਿਹੜਾ ਮੇਰੀ ਬੇਟੀ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਉੱਧਰੋਂ ਡਾਕਟਰਾਂ ਨੇ ਵੀ ਨਾਲ ਦੀ ਨਾਲ ਜੋ ਵੀ ਡਾਕੂਮੈਂਟ ਸਾਨੂੰ ਐਮਰਜੈਂਸੀ ਭੇਜੇ ਸੀ ਅਸੀਂ ਉਹ ਨਾਲ ਲਾਏ ਨੇ। ਮੈਂ ਪਨੀਰ ਸਾਡੇ ਐਮ ਪੀ ਸਾਹਿਬ ਸਤਿਕਾਰਯੋਗ ਮਹਾਰਾਣੀ ਪ੍ਰੀਤ ਕੌਰ ਜੀ ਮੁੱਖ ਮੰਤਰੀ ਕੈਪਟਨ ਸਾਡੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਪਰਿਵਾਰ ਵੱਲੋਂ ਵੀ ਮੇਰਾ ਕੈਨੇਡਾ ਏਜੰਸੀ ਨਾਲ ਮੇਰਾ ਤਾਲਮੇਲ ਕਰਕੇ ਮੇਰਾ ਜਲਦੀ ਤੋਂ ਜਲਦੀ ਮੇਰਾ ਵੀਜ਼ਾ ਲਵਾਇਆ ਜਾਵੇ ਤਾਂ ਜੋ ਮੈਂ ਆਪਣੀ ਬੇਟੀ ਨੂੰ ਜਾ ਕੇ ਦੇਖ ਸਕਾਂ ਵੀ ਉਹਦੀ ਕੰਡੀਸ਼ਨ ਕੀ ਹੈ ਕਿਸ ਹਾਲਤ 'ਚ ਉਹ। ਹਾਂ ਬੇਟਾ ਕੀ ਲੱਗਦੀ ਤੁਹਾਡੀ ਜਿਹੜੀ ਬੇਟੀ ਦਾ ਐਕਸੀਡੈਂਟ ਹੋਇਆ ਅਤੇ ਕੀ ਕਹਿਣਾ ਚਾਹੁੰਦੇ? ਮੇਰੀ ਅੰਕਲ ਛੋਟੀ ਸਿਸਟਰ ਸੀ ਉਹ ਅੰਕਲ 9 ਤਰੀਕ ਨੂੰ ਉਹਦਾ ਰੋਡ ਐਕਸੀਡੈਂਟ ਹੋ ਗਿਆ ਸੀ ਅਤੇ 10 ਤਰੀਕ ਨੂੰ ਉਹਦਾ ਬਰਥਡੇ ਸੀਗਾ ਅੰਕਲ। ਅੱਜ ਉਹਨੂੰ 13 ਦਿਨ ਹੋ ਗਏ ਨੇ ਕੌਮਾ 'ਚ ਪਈ ਨੂੰ। ਸਾਡੀ ਗੱਲਬਾਤ ਡਾਕਟਰਾਂ ਨਾਲ ਹੁੰਦੀ ਆ, ਮਤਲਬ ਅਸੀਂ ਵੀਡੀਓ ਕਾਲ 'ਤੇ ਦੇਖਦੇ ਹਾਂ ਉਹਨੂੰ। ਅਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦੀ ਹਾਂ ਅੰਕਲ ਵੀ ਮੇਰਾ ਡੈਡੀ ਦਾ ਜਲਦੀ ਤੋਂ ਜਲਦੀ ਵੀਜ਼ਾ ਲੱਗ ਸਕੇ ਤਾਂ ਜੋ ਅਸੀਂ ਉਹਨੂੰ ਦੇਖ ਸਕੀਏ, ਉੱਥੇ ਜਾ ਕੇ ਮੇਰੇ ਪਾਪਾ ਉਹਦੀ ਕੰਡੀਸ਼ਨ ਨੂੰ ਦੇਖ ਸਕਣ, ਉਹਨੂੰ ਵੀ ਹੌਸਲਾ ਮਿਲੇ ਕਿ ਹਾਂ ਮੇਰੇ ਘਰ ਦਾ ਮੈਂਬਰ ਮੇਰੇ ਕੋਲ ਕੋਈ ਹੈਗਾ ਹੈ।